सिर चुप के जा वीरा, अपनी आन ते उसूल प्यो ने नहीं तोड़े, तेरी आन दा मान दे नहीं तोड़ेंगे। लो जी सुनियो, अज तुहाडे नाल असी पंजाब दे बहुत वड्डे एक गुलूकार होए ने, फोक सिंगर जनाब अताउल्ला खान ईसा खेलवी साहब। उन्हां दी चौथी बीवी की गलबात तुहाडे नाल सांझी करन जा रहे हैं, जिन्हां दा नाम सी बाजगा, जिहड़ी कि फिल्मां च हीरोइन भी आउंदियां रहियां ते बड़ियां बड़ियां सुपरहिट फिल्मां उन्हां ने दित्तियां ने। फिर किवें उन्हां ने जनाबे लई इहनां दी लव मैरिज होई, किवें अख मटका होया, किवें जनाबे लई इह लव दे पेचे फसे, ते किस तरह फिर इह शादी होई, अगों अजकल बाजगा होरी की कर रही ने, किन्ना फिल्मा किनिया फिल्मा च उन्हें काम किया बतौर हीरोइन, फिर किहड़े सन च उन्हें छड़ दित्तियां फिल्मा, क्यों छड़ दित्तियां, बच्चे किन्ने ने, अजकल कित्थे रह रही ने, हर चीज़ उन्हें लाइफ के नाल लाइफ के बारे जी थोड़े अज असी डिस्कस करांगे। लो फिर वीडियो नूं कर लो लाइक, तो चैनल वेखो पंजाब नूं करो सबसक्राइब, ताकि असी मजीद जिहड़े इन वीडियो वल वधीए। अच्छा वैसे तुसीं सोचदे तां होणे हो यार बंदे ने की नाम दस्सिया बाजगा, जिहड़ा कि अज तक असी सुने ही नहीं, ये की ना होया? मतलब इहदा हुंदा जी चमकीली, यानी कि चमकदार ते रोशन शह। ते बाजगा जी हुरी जी खूबसूरत बहुत सन, जिथों इन्हां नूं फिल्मां विच आउण दा शौक पैदा हो गया, क्योंकि ये जिहड़ा जिहड़ा हुंदा ना शीशा, ये बड़ी कुत्ती शह हुंदा। जदों बंदा शीशे च अपने आप नूं वेखदा ना, ते कई बंदे कहिंदे असीं हीरो हां, कई हीरोइन हां जी, कोई पफ इधर नूं वांदा, कोई इधर नूं वांदा, इत्थों ही जनाब लई इन्हां नूं शौक पैदा हो गया अपने आप वेख वेख के। 1980 ਵਿੱਚ ਇਹਨਾਂ ਦੀ ਪਹਿਲੀ ਫਿਲਮ ਆਈ ਸੀ ਜਿਹਦਾ ਨਾਂ ਸੀ ਸਾਇਮਾ, ਜਿਹੜੀ ਕਿ ਬਹੁਤ ਜ਼ਿਆਦਾ ਹਿੱਟ ਤੇ ਨਾ ਹੋਈ। ਤੇ ਅੱਗੋਂ 1981 ਵਿੱਚ ਇਹਨਾਂ ਦੀ ਇੱਕ ਯਾਦਗਾਰ ਫਿਲਮ ਆ ਗਈ ਜਿਹੜੀ ਕਿ ਸੁਪਰ ਡੁਪਰ ਹਿੱਟ ਹੋਈ, ਉਹਦਾ ਨਾਂ ਸੀ ਅਮਾਨਤ, ਜਿਹਦੀ ਕਾਸਟ ਸੀ ਆਪਣਾ ਰੰਗੀਲਾ ਸਾਹਿਬ, ਫਿਰ ਗੁਲਾਮ ਮਯੂਦੀਨ ਸਾਹਿਬ ਤੇ ਬਾਜਗਾ ਸਾਹਿਬ। ਇਹ ਸੁਣਿਓ ਇੱਕ ਐਸੀ ਫਿਲਮ ਬਾਜਗਾ ਦੀ ਕਿ ਜਿਹਦੇ ਵਿੱਚ 16 ਹੀਰੋਇਨ ਆਈਆਂ ਤੇ 2 ਇਹਨਾਂ ਤੇ ਹੀਰੋ ਮਰਦੇ ਰਹੇ, ਰੰਗੀਲਾ ਸਾਹਿਬ ਵੀ ਅਤੇ ਦੂਸਰੇ ਪਾਸੇ ਗੁਲਾਮ ਮਯੂਦੀਨ ਵੀ। ਲੇਕਿਨ ਇਹ ਜਿਹਨੂੰ ਪਿਆਰ ਕਰਦੀਆਂ ਸਨ ਉਹ ਸੀ ਰੰਗੀਲਾ, ਜਿਹੜਾ ਕਿ ਇੱਕ ਗੁੰਡਾ ਹੁੰਦਾ ਬਦਮਾਸ਼, ਜਿਹਦਾ ਨਾਂ ਸੀ ਬਾਦਸ਼ਾਹ। ਅਤੇ ਬਾਜਗਾ ਨੇ ਇਸ ਫਿਲਮ ਵਿੱਚ ਇੱਕ ਅੰਨੀ ਅਤੇ ਗਰੀਬ ਕੁੜੀ ਦਾ ਕਿਰਦਾਰ ਕੀਤਾ, ਮੈਂ ਕਹਿੰਦਾ ਕਿ ਮੋਤੀ ਪਰੋ ਦਿੱਤੇ ਨੇ, ਐਸਾ ਯਾਦਗਾਰ ਕੰਮ ਇਸ ਬੀਬੀ ਨੇ ਕਰ ਦਿੱਤਾ। ਗੁਲਾਮ ਮਯੂਦੀਨ ਜਿਹੜੇ ਨੇ ਇਹ ਇੱਕ ਡਾਕਟਰ ਦਾ ਰੋਲ ਕਰ ਰਹੇ ਨੇ, ਜਿਹੜੇ ਕਿ ਉਹਨਾਂ ਨੂੰ ਵੀ ਇਹਨਾਂ ਨਾਲ ਪਿਆਰ ਹੋ ਜਾਂਦਾ, ਕਿਉਂਕਿ ਇਹਨਾਂ ਦੀ ਅੱਖਾਂ ਦੀ ਜਿਹੜਾ ਇਲਾਜ ਸਾਰਾ ਕੁਝ ਇਹ ਹੀ ਕਰਦੇ ਨੇ। ਪਰ ਜਿਹੜੀ ਉਹ ਅੰਨੀ ਕੁੜੀ ਬਾਜਗਾ, ਉਹ ਜਨਾਬੇ ਲਈ ਪਸੰਦ ਕਰਦੀ ਬਾਦਸ਼ਾਹ ਨੂੰ, ਲੇਕਿਨ ਉਹਨੂੰ ਨਹੀਂ ਪਤਾ ਹੁੰਦਾ ਕਿ ਉਹ ਬਾਦਸ਼ਾਹ ਜਿਹਨੂੰ ਮੈਂ ਪਿਆਰ ਕਰਦੀ, ਜਿਹਨੂੰ ਆਪਣੇ ਮਨ ਦਾ ਮੈਂ ਹੀਰੋ ਸਮਝਦੀ ਹਾਂ, ਉਹ ਤਾਂ ਇੱਕ ਗੁੰਡਾ, ਬਦਮਾਸ਼, ਲੁਟੇਰਾ, ਚੋਰ। ਦੂਜੇ ਪਾਸੇ ਗੁਲਾਮ ਮਯੂਦੀਨ ਜਿਹੜਾ ਡਾਕਟਰ ਹੈ, ਉਹਨੂੰ ਪਤਾ ਹੁੰਦਾ ਕਿ ਇਹ ਜਿਹਨੂੰ ਪਿਆਰ ਕਰਦੀ ਹੈ ਉਹ ਇਹਦੇ ਵਾਸਤੇ ਬੰਦਾ ਚੰਗਾ ਨਹੀਂ, ਸ਼ਰੀਫ ਬੰਦਾ ਨਹੀਂ, ਪਰ ਇਹ ਵਿਚਾਰੀ ਭੋਲੀ ਹੁੰਦੀ ਹੈ, ਜਿੱਥੇ ਕਿ ਫੁੱਲ ਗਜਰੇ ਬਾਹਰ ਵੇਚਦੀ ਹੈ। ਲਓ ਜੀ, ਜਦੋਂ ਇਹਦਾ ਇੱਕ ਸੀਨ ਇਹਦਾ ਇੰਤਹਾ ਦਾ ਖੂਬਸੂਰਤ ਹੈ ਇਸ ਫਿਲਮ ਦਾ, ਇੱਕ ਗਾਣਾ ਵੀ ਇਹਦਾ ਇੰਤਹਾ ਦਾ ਖੂਬਸੂਰਤ ਹੈ, ਜਿਹੜਾ ਉਸ ਜ਼ਮਾਨੇ 'ਚ ਬਹੁਤ ਜ਼ਿਆਦਾ ਹਿੱਟ ਹੋਇਆ, ਅੱਜ ਵੀ ਯਕੀਨ ਕਰੋ ਹਿੱਟ, ਉਹ ਵੀ ਤੁਹਾਨੂੰ ਮੈਂ ਦੱਸਣਾ ਵਾਂ। ਇੱਕ ਸੀਨ ਐਸਾ ਖੂਬਸੂਰਤ ਹੈ ਕਿ ਉਹ ਆਉਂਦੀ ਹੈ ਕਿ ਤੂੰ ਉਹ ਜਿੰਨਾ ਮੈਂ ਪਿਆਰ ਕਰਨੀ ਹੈ ਬਾਦਸ਼ਾਹ, ਉਹਨੂੰ ਖੱਤ ਲਿਖ ਮੇਰਾ। ਉਹ ਫਿਰ ਉੱਥੇ ਜਨਾਬੇ ਲਈ ਖੱਤ ਲਿਖਿਆ, ਗੁਲਾਮ ਮਯੂਦੀਨ ਖੱਤ ਲਿਖਦਾ, ਇਹ ਆਪਣੇ ਸੁਨਾਹ ਉਹਨੂੰ ਦਿੰਦੀ ਹੈ। ਉਹ ਸੁਨਾਹ ਕੀ ਦਿੰਦੀ ਹੈ? ਉਹ ਸੁਨਾਵਾਂ 'ਤੇ ਇੱਕ ਬਣਿਆ ਇੱਕ ਗਾਉਣ ਹੈ ਜੀ, ਜਿਹੜਾ ਕਿ ਬਹੁਤ ਜ਼ਿਆਦਾ ਮਸ਼ਹੂਰ ਹੈ। ਵੇ ਬੇਈਮਾਨਾ ਪੁੱਲ 'ਤੇ ਨਹੀਂ ਗਈਆਂ ਯਾਦਾਂ ਮੇਰੀਆਂ, ਕਮਾਲ ਯਾਰ ਗਾਉਣ। ਇਹ ਸਮਝ ਲਓ ਕਿ ਬਾਜਗਾ ਦੀ ਜ਼ਿੰਦਗੀ ਦੀ ਇਹ ਸਭ ਤੋਂ ਵੱਡੀ ਫਿਲਮ ਸੀ ਅਮਾਨਤ। ਫਿਰ 1984 ਵਿੱਚ ਇਹਨਾਂ ਦੀ ਇੱਕ ਫਿਲਮ ਆਈ ਸੀ ਸੁਲਤਾਨ ਰਾਈ ਅਤੇ ਮੁਸਤਫਾ ਕੁਰੈਸ਼ੀ ਨਾਲ। ਮੁਸਤਫਾ ਕੁਰੈਸ਼ੀ ਜਿਹੜਾ ਇੱਕ ਵਿਲਨ ਹੁੰਦਾ, ਉਹਦੀ ਭੈਣ ਦਾ ਰੋਲ ਕੀਤਾ, ਉਹ ਚਕੋਰੀ ਮੈਡਮ ਵਾਂਗੂ ਦਾ, ਪਰ ਜੋ ਚਕੋਰੀ ਹੋਈ ਉਹ ਵਿਚਾਰੀ ਮਾਨ ਇਹ ਤਾਂ ਬਾਜਗਾ ਤਾਂ ਨਹੀਂ, ਲੇਕਿਨ ਬਾਜਗਾ ਨੇ ਬੜੀ ਖੂਬਸੂਰਤੀ ਨਾਲ ਨਿਭਾਇਆ ਉਸ ਰੋਲ ਨੂੰ। ਉਹ ਫਿਲਮ ਦਾ ਨਾਂ ਸੀ ਜੀ ਉੱਚਾ ਸ਼ਿਮਲਾ ਜੱਟ ਦਾ, ਬੜੀ ਹੀ ਆਊਟ ਕਲਾਸ ਫਿਲਮ ਹੈ, ਯੂਟਿਊਬ 'ਤੇ ਪਈ ਹੈ, ਤੁਸੀਂ ਵੇਖੋਗੇ। ਇਹਨਾਂ ਦਾ ਰੋਲ ਵੀ ਬੜਾ ਸ਼ਾਨਦਾਰ ਹੈ, ਇੱਕ ਅੱਥਰੀ ਕੁੜੀ ਦਾ ਰੋਲ ਇਹਨੇ ਨਿਭਾਇਆ। ਅਤੇ ਇਸ ਫਿਲਮ ਵਿੱਚ ਜਿਹੜਾ ਲਿਆਸ ਕਸ਼ਮੀਰੀ ਸਾਹਿਬ ਨੇ ਰੋਲ ਕੀਤਾ, ਬਹੁਤ ਹੀ ਉਹ ਵੀ ਸ਼ਾਨਦਾਰ ਹੈ, ਇੱਕ ਚੌਧਰੀ ਦਾ ਰੋਲ ਹੈ ਕਿ ਜਿਹੜਾ ਆਪਣੇ ਅਸੂਲਾਂ ਵਾਸਤੇ, ਇਨਸਾਫ ਵਾਸਤੇ ਜਿਹੜਾ ਨਾ ਆਪਣੇ ਪੁੱਤਰ ਨੂੰ ਜਿਹੜਾ ਕਿ ਜੁਰਮ ਕਰਦਾ, ਇਨਸਾਫ ਕਰਦਿਆਂ ਉਹਨੂੰ ਵੀ ਘਰੋਂ ਬਾਹਰ ਕੱਢ ਦਿੰਦਾ, ਬੇਦਖਲ ਕਰ ਦਿੰਦਾ। ਫਿਰ ਬਹਾਰ ਬੇਗਮ, ਅਫਜ਼ਾਲ ਅਹਿਮਦ ਨੇ ਬੜਾ ਸ਼ਾਨਦਾਰ ਰੋਲ ਕੀਤਾ ਇਹਦੇ 'ਚ। ਇਸ ਫਿਲਮ ਦੇ ਰਾਈਟਰ ਸਨ ਜੀ ਨਾਸਰ ਅਦੀਬ ਸਾਹਿਬ, ਸੋਹਣਾ ਰਾਈਟਰ, ਅਤੇ ਡਾਇਰੈਕਟਰ ਸਨ ਅਸਲਮ ਇਰਾਨੀ ਸਾਹਿਬ। ਇਹ 80 ਦੀ ਦਹਾਈ ਚੱਲ ਰਹੀ ਸੀ ਕਿ ਜਦੋਂ ਬਾਜਗਾ ਹੋਰੀ ਜਿਹੜੇ ਦਿਨ ਬ ਦਿਨ ਇਹਨਾਂ ਦੀ ਗੁੱਡੀ ਉੱਡ ਰਹੀ ਸੀ, ਯਾਨੀ ਕਿ ਮਸ਼ਹੂਰ ਹੁੰਦੀਆਂ ਜਾ ਰਹੀਆਂ ਸੀ, ਅੱਛੀਆਂ ਅੱਛੀਆਂ ਫਿਲਮਾਂ, ਅੱਛੇ ਅੱਛੇ ਰੋਲ ਇਹਨਾਂ ਨੂੰ ਮਿਲ ਰਹੇ ਸਨ।
उस जमाने विच दूसरे पासे अताउल्ला जिहड़ा अताउल्ला खान ईसा खेलवी वह भी जनाबे फिल्मां च आउण लग पए सन। गाने तो गाते ही गाते सन, नाल नाल लोकी इन्हां नूं फिल्मां वल भी लिया रहे सन। जिथों फिर जी इन्हां दा आपस में टकराव होया, टकराव हुंदिया हुंदिया जनाबे नज़रां जिहड़ियां ने मिल गईयां, लिहाजा इन्हां नूं एक दूजे नाल इश्क हो गया ते इन्हां ने शादी कर ली। ये जी अताउल्ला ईसा खेलवी की यह चौथी शादी सी। इस तो पहले ये तीन बीवियां नाल शादियां कर चुके से जिहड़ियां कि नहीं सी चल सकियां, ते चौथा विआह इन्हां ने यह कीता सी बाज़गा नाल। जदों इन्हां दी शादी हो गई तो अताउल्ला ने आख्या रिक्वेस्ट की कि बाज़गा हुण तूं इस तो बाद फिल्मां नहीं करनियां, तू घर सांभ बाहर मैं सांभ लैना वा। लिहाजा बाज़गा राजी हो गए, लेकिन एक शर्त उन्हें दसी। उन्हें कहा खान साहब मैनू जड़ा ना जिहड़ियां फिल्मां मैं फड़ियां ने मैनू वह पूरियां कर लैन देवो, क्योंकि इस तरह प्रोड्यूसर डुब जाएंगे। जिथों फिर अताउल्ला साहब मन गए, ये फिल्मां फिर मुकम्मल करा के बिल्कुल वह फिल्मों तो आउट हो गई, किनारा कर लिया उन्होंने। तो अताउल्ला खान साहब के जी बाज़गा विचों तीन बच्चे हुए, दो पुत्र सांवल बिलावल ते कुड़ी सी लारैब। वड्डा पुत्र जी इन्हां जां सांवल जिहड़ा वह इस वेले जिहड़ा ना सिंगिंग की दुनिया च आ गया, शादी भी हो गई उन्हां दी। ते जिहड़ी छोटी बेटी है लारैब वह जी बहुत ज़्यादा पढ़ी लिखते बड़े दिमाग की मालिक है, कि इतों तक कि ऑस्कर अवार्ड वास्ते भी नामजद हुई सी। तो इस वेले बाज़गा जी हुरी जदों फिल्मां छड़ियां ने तो ये अपने बच्चों के नाल हुण जिहड़े विलायत ही रहिंदे ने इंग्लैंड विच, उत्थे ही अपना जिहड़ा ना अपनी जिंदगी गुजार रहे ने। तो अताउल्ला ईसा खेलवी साहब जिहड़े ने उन्होंने बाज़गा तो बाद जे एक होर विआह कर लिया जे अपना तौंसा शरीफ विच, तो वह अपनी बीवी के नाल लाहौर विच जिहड़े ने रह रहे ने। ये जी बाज़गा दी बाज़गा जी होरां दी जिहड़ी लाइफ स्टोरी तुहानूं दस्सी है कि वह विलायत विच ने, अताउल्ला साहब ने लाहौर में रह रहे हैं, लेकिन अपनी अपनी जगह पर हसी खुशी जिंदगी गुजार रहे हैं। अल्लाह सोना सलामत रखे सब नूं जी, ते तंदुरुस्ती सेहत जिंदगी दे, ईमान वाली लम्मी ते चौखी जिंदगी दे। लो जी दिओ इजाजत, फिर उम्मीद करांगे तुहानूं वीडियो पसंद आई। अपना बहुत सारा ख्याल रखो, अल्लाह बेली।